ਵੈਲਕਮ ਟੂ ਮਾਈ ਅਨਦਰ ਵਿਲਾ। ਕੀ ਹਾਲ ਨੇ ਸਭ ਦੇ? ਖੈਰੀਅਤ ਨਾਲ ਹੋ, ਖੈਰੀਅਤ ਨਾਲ ਡਿਆ ਕਰੋ, ਮੁਹੱਬਤਾਂ ਵੰਡਿਆ ਕਰੋ। ਅੱਜ ਮੈਂ ਜੈਕਟ ਵਗੈਰਾ ਨਹੀਂ ਪਾਈ ਕਿਉਂਕਿ ਆਇਰਲੈਂਡ ਦੇ ਵਿੱਚ, ਯੂਰਪ ਦੇ ਵਿੱਚ ਵੀ ਥੋੜ੍ਹਾ ਜਿਹਾ ਮੌਸਮ ਤਬਦੀਲ ਹੋ ਗਿਆ ਅਤੇ ਇਸ ਦੇ ਨਾਲ ਜਿਵੇਂ ਤੁਹਾਨੂੰ ਪਤਾ ਹੋਵੇ ਕਿ ਅੱਜ 17 ਮਾਰਚ ਅਤੇ 17 ਮਾਰਚ ਨੂੰ ਆਇਰਲੈਂਡ ਦੇ ਵਿੱਚ ਇੱਕ ਬਹੁਤ ਵੱਡਾ ਈਵੈਂਟ ਮਨਾਇਆ ਜਾਂਦਾ ਹੈ ਜਿਹਦਾ ਨਾਂ ਸੈਂਟ ਪੈਟ੍ਰਿਕ ਡੇ। ਕਦਾਈਆਂ ਨਾ ਕਦਾਈਆਂ ਸੋਸ਼ਲ ਮੀਡੀਆ 'ਤੇ ਤੁਹਾਡੀਆਂ ਨਜ਼ਰਾਂ 'ਚ ਗੁਜ਼ਰਿਆ ਹੋਵੇ ਦਾ ਅੱਜ ਉਹ ਈਵੈਂਟ ਮਨਾਇਆ ਜਾ ਰਿਹਾ, ਬਹੁਤ ਵੱਡਾ ਤਿਉਹਾਰ। Happy St. Patrick Day! Thank you! So, these friends are also enjoying this St. Patrick Day. So we are making vlog video. This is our first St. Patrick Day and I think this is awesome. I've never been in this kind of celebration, but it seems we should actually go to. Thank you very much. Happy St. Patrick Day! ਹੁਣ ਮੈਂ ਪਹੁੰਚ ਲਿਆ ਜਨਾਬ ਸਿਟੀ ਸੈਂਟਰ ਦੇ ਦਰਮਿਆਨ ਵਿੱਚ, ਸਪਾਇਰ ਦੇ ਨਜ਼ਦੀਕ। ਵਿਖਾਉਣ ਦੇ ਨਾਲ ਤੁਹਾਨੂੰ ਇਹਦੀ ਹਕੀਕਤ ਦੱਸਾਂ ਨੇ, ਇਹਨਾਂ ਕੋਲ ਪੁੱਛ ਕੇ ਦੱਸਾਂ ਨੇ ਕਿ ਸੈਂਟ ਪੈਟ੍ਰਿਕ ਡੇ ਕਿਉਂ ਮਨਾਇਆ ਜਾਂਦਾ। ਟੋਪੀਆਂ ਵੇਖੋ, ਗ੍ਰੀਨ ਕਲਰ ਦੀਆਂ ਸ਼ਰਟਾਂ, ਇਹ ਸਾਰੀਆਂ ਸੈਂਟ ਪੈਟ੍ਰਿਕ ਡੇ ਦੇ ਨਾਲ ਨੇ। ਆਹ ਸਾਡੇ ਬੇਲੀ ਸਿਕਿਉਰਿਟੀ ਵਾਲੇ, ਸੁਬਹਾ ਸੁਬਹਾ ਸ਼ੁਰੂ ਹੋਇਆ ਸੀ ਐਵੇਂ ਦੇ ਪਏ, ਸਾਰਿਆਂ ਨੇ ਹੈਟਾਂ ਪਹਿਨੀਆਂ ਹੋਈਆਂ ਨੇ। ਸਾਰੇ ਨਜ਼ਰ ਆਉਂਦੇ ਪੈਣੇ, ਸਾਰੇ ਸੈਂਟ ਪੈਟ੍ਰਿਕ ਡੇ ਦੇ ਹਵਾਲੇ ਨਾਲ ਤਿਆਰੀਆਂ ਹੋਈਆਂ ਨੇ। ਹਰ ਬੰਦਾ ਛੋਟਾ ਮੋਟਾ, ਸਾਡੇ ਦੇਸੀ ਭਰਾ ਵੀ ਨੇ। ਹਰ ਬੰਦੇ ਨੇ ਗ੍ਰੀਨ ਕੈਪ ਪਹਿਨੀਆਂ ਹੋਈਆਂ ਨੇ। ਹੁਣ ਮੇਨ ਚੀਜ਼ ਰਹਿ ਗਈ ਕਿ ਸੈਂਟ ਪੈਟ੍ਰਿਕ ਡੇ ਮਨਾਇਆ ਕਿਉਂ ਜਾਂਦਾ, ਇਹਦੇ ਪਿੱਛੇ ਹਿਸਟਰੀ ਕੀ ਹੈ। ਹੁਣ ਜਿਹੜੇ ਬਾਬਿਆਂ ਨੂੰ ਮੰਨਿਆ ਜਾਂਦਾ ਨਾ, ਮੇਲੇ ਲੱਗਦੇ ਨੇ, ਉਰਸ ਲੱਗਦੇ ਨੇ, ਸਿਰਫ ਪਾਕਿਸਤਾਨ ਜਾਂ ਬਰਸਕੀਰ ਪਾਕੋ ਹਿੰਦ 'ਚ ਨਹੀਂ ਮਨਾਇਆ ਜਾਂਦਾ, ਇਹ ਹੋਰ ਹੀ ਪੂਰੀ ਦੁਨੀਆ 'ਤੇ ਮਨਾਇਆ ਜਾਂਦਾ। ਜਿਵੇਂ ਕਿ ਆਇਰਲੈਂਡ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਇਹਨਾਂ ਨਾਲ ਬਹੁਤ ਹੀ ਵੱਡਾ ਪਾਦਰੀ ਸੀ ਜਿਹਦਾ ਨਾਂ ਸੀ ਸੈਂਟ ਪੈਟ੍ਰਿਕ, ਜਿਹੜਾ ਸਮੁੰਦਰ ਦੇ ਕਿਨਾਰੇ ਬੈਠਾ ਸੀ ਅਤੇ ਸੱਪ ਫਦ ਫਦ ਕੇ ਆਇਰਲੈਂਡ ਦੀ ਸਰਜ਼ਮੀਨ ਤੋਂ ਪਾਣੀ 'ਚ ਵਗਾਉਂਦਾ ਜਾਂਦਾ ਅਤੇ ਨਾਲ ਆਉਂਦਾ ਸੀ ਕਿ ਅੱਜ ਤੋਂ ਬਾਅਦ ਇਹ ਸਰਜ਼ਮੀਨ ਆਇਰਲੈਂਡ ਦੀ ਅਤੇ ਨਾ ਸੱਪ ਆਵੇਦਾ ਨਾ ਕੋਈ ਕੀੜਾ ਆਵੇਦਾ। ਅਤੇ ਉਸ ਦਿਨ ਤੋਂ ਲੈ ਕੇ ਹੁਣ ਦੇ ਦਿਨ ਤੱਕ ਇੱਥੇ ਆਉਂਦੇ ਨੇ ਕਿ ਨਾ ਕੀੜਾ ਆਉਂਦਾ ਨਾ ਕੋਈ ਸੱਪ ਨਜ਼ਰ ਆਉਂਦਾ। ਅਤੇ ਯਕੀਨ ਮੰਨੋ, ਮੈਂ ਵੀ ਆਇਰਲੈਂਡ ਦੇ ਵਿੱਚ ਖੁਦ ਚੀਜ਼ ਇਮੈਜਿਨ ਕੀਤੀ ਜਾਏ ਅਤੇ ਕੋਈ ਮਿੱਠੀ ਚੀਜ਼ ਵੀ ਫੈਂਕ ਦਿੱਤੀ ਜਾਏ ਨਾ, ਅਤੇ ਜਿਤਨੀ ਦੇਰ ਮਰਜ਼ੀ ਪਈ ਰਹੇ ਕੋਈ ਕੀੜੀ ਤੱਕ ਉੱਥੇ ਨਹੀਂ ਆਉਂਦੀ। ਉਹਨਾਂ ਦੇ ਪਿੱਛੇ ਕਿਤਨੀ ਹਕੀਕਤ ਹੈ ਉਹ ਅੱਲਾ ਬਿਹਤਰ ਜਾਣਦਾ, ਲੇਕਿਨ ਆਖਿਆ ਇਹ ਜਾਂਦਾ। ਇਸ ਦੇ ਨਾਲ ਹੱਸਦੇ ਰਹੋ, ਵੱਸਦੇ ਰਹੋ, ਉੱਚੀਆਂ ਟਾਲਾਂ ਵਿੱਚ ਰਹੋ ਅਤੇ ਮੇਰੇ ਵੀ ਚੈਨਲ ਨੂੰ ਥੋੜ੍ਹਾ ਜਿਹਾ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ। ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ, ਵਸਲਾਮ।